ਤੁਹਾਡੇ ਜ਼ਬਾਨਾਂ ਤੇ ਭਾਵੇਂ ਮੂੰਹ ਤੇ ਹੱਥ ਵੀ ਰੱਖੋਗੇ ਸੰਭਾਲ ਨਾ ਰੁਕ ਨਾ ਸਕੇਗੀ। ਤਵੱਜੋ ਕਰਿਆ ਕਿਉਂ ਦਿਨ ਨਹੀਂ ਚੜਨ ਦਾ ਨਾ ਲੈਂਦਾ ਨਾ 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 ਇੰਨਾ ਮਿਸਰਾ ਜੀ ਤੁਹਾਨੂੰ ਆਸਾਨੀ ਨਾਲ ਨਹੀਂ ਦੇ ਸਕਦਾ ਮੈਂ ਐਲੇ ਮੁਹੱਬਤ ਜਬ ਤੱਕ ਨਜ਼ਰ ਨਾ ਪੂਰੀ ਹੋ ਸਮਝ ਨਾ ਮੈਂ ਕਿਵੇਂ ਤਵੱਜੋ ਪੂਰੀ ਨਾ ਹੋਵੇ ਕਿਉਂ ਦਿਨ ਨਹੀਂ ਚੜਨ ਦਾ ਨਾ ਲੈਂਦਾ ਨਾ ਲੈਂਦਾ ਕਿਉਂ ਦਿਨ ਨਹੀਂ ਚੜਨ ਦਾ ਨਾ ਲੈਂਦਾ ਕਿਉਂ ਦਿਨ ਨਹੀਂ ਚੜਨ ਦਾ ਨਾ ਕਿਉਂ ਯਾਰ ਸਵੇਰ ਨੇ ਚਿਰ ਲਾਇਆ ਏ ਇੰਜ ਲੱਗਦਾ ਏ ਖਾਲਿਕ ਹਬਸ਼ੀ ਤੂੰ ਆਜ਼ਾਨ ਪੜਾਣਾ ਚਾਹੁੰਦਾ ਏ ਜਿਹੜਾ ਹੱਥ ਨਾ ਚੁੱਕ ਸਕਿਆ ਲੱਗਦਾ ਉਹਦਾ ਬਿਲਾਲ ਨਾਲ ਤੱਲਕ ਹੀ ਕੋਈ ਨਹੀਂ ਹਾਂ ਇੰਜ ਲੱਗਦਾ ਏ ਖਾਲਿਕ ਹਬਸ਼ੀ ਤੂੰ ਆਜ਼ਾਨ ਪੜਾਣਾ ਚਾਹੁੰਦਾ ਏ ਲੋਕੀ ਰੱਬ ਨੂੰ ਮਨਾਣਾ ਚਾਹੁੰਦੇ ਨੇ ਲੋਕੀ ਰੱਬ ਨੂੰ ਮਨਾ ਤੋ ਜੋ ਹੈ ਬੜਾ ਕਮਾਲ ਉਸ ਕਲਾਮ ਸੁਣਦੇ ਪਏ ਹੋ। ਕਿਸੇ ਬਜ਼ੁਰਗ ਨੇ ਕਿਹਾ ਬਲਕਿ ਆਪਾਂ ਤਾਂ ਬਿਲਕੁਲ ਬਾਰਡਰ 'ਤੇ ਬੈਠੇ ਹਾਂ ਇਸ ਘਰ ਨੇ ਕਿਹਾ ਜਿਹੜਾ ਇਹ ਘਰ ਉਹਨਾਂ ਕਿਹਾ ਜੀ ਤੁਹਾਡਾ ਤਾਂ ਇਕੱਲਾ ਹੀ ਰੱਬ ਹੈ ਤੁਸੀਂ ਮੁਸਲਮਾਨਾਂ ਦਾ ਦਾਅਵਾ ਕਿ ਸਾਡਾ ਰੱਬ ਇੱਕ ਹੈ ਅੱਲਾ ਸਾਡਾ ਇੱਕ ਹੈ ਬਿਲਕੁਲ ਸਾਡਾ ਦਾਅਵਾ ਜੀ ਬਿਲਕੁਲ ਸਾਡਾ ਅੱਲਾ ਇੱਕ ਹੈ ਉਹਨਾਂ ਕਿਹਾ ਜੀ ਇੱਕ ਵੀ ਵਿਖਾ ਸਕਦੇ ਹੋ ਸਾਡੇ ਘਰ ਵੇਖ ਸਾਡਾ ਰੱਬ ਵੇਖਣਾ ਤਾਂ ਆ ਜਾਓ ਤੁਹਾਡੇ ਇੱਕ ਇੱਕ ਘਰ 10 10 ਪੈ ਨੇ ਆ ਜਾਓ ਵੇਖ ਲਓ ਮੇਰੇ ਬੱਚੇ ਗੱਲ ਨਹੀਂ ਸਮਝਣਗੇ ਤੇ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰੋ ਜਿਹਨਾਂ ਪੱਗਾਂ ਬਣੀਆਂ ਨੇ ਸੁਨਾਰਾ ਨਹੀਂ ਕਦਰ ਕਰੇਗਾ ਤਾਂ ਫਿਰ ਕੌਣ ਕਰੇਗਾ ਮੈਂ ਕੀਤਾ ਵੀ ਉਹਨਾਂ ਕਿਹਾ ਦਾਅਵਾ ਕੀਤਾ ਤੁਸੀਂ ਮੁਸਲਮਾਨਾਂ ਦਾ ਰੱਬ ਇੱਕੋ ਹੈ ਤਾਂ ਵਿਖਾ ਤੁਸੀਂ ਸਕਦੇ ਨਹੀਂ ਜੇ ਸਾਡੇ ਵੇਖਣੇ ਤਾਂ ਪਾਜੋ ਜਿੰਨੇ ਮਰਜ਼ੀ ਵੇਖ ਲਓ ਮੈਂ ਕਿਹਾ ਚਲੋ ਚੱਲਿਆ ਤਖੈਲ ਦੇ ਦੁਨੀਆਂ 'ਚ ਬਾਬਾ ਫਰੀਦ ਸਰਕਾਰ ਕੋਲ ਚੱਲਿਆ ਹਜ਼ੂਰ ਤੁਸੀਂ ਅੱਲਾ ਵੇਖਿਆ ਆ ਦੁਸ਼ਮਣ ਤਾਨਾ ਦਿੰਦੇ ਨੇ ਤੁਸੀਂ ਅੱਲਾ ਵਿਖਾਓ ਅਤੇ ਸਾਈ ਗੰਸ਼ਕਰ ਫਰਮਾਇਆ ਮੈਨੂੰ ਅਤੇ ਮੇਰੇ ਪੀਰ ਕੁਤਬੋਦੀਨ ਬਖਤਿਆਰ ਕਾਕੀ ਨੇ ਕਿਹਾ ਸੀ ਵੀ ਅੱਲਾ ਹੈ ਅਤੇ ਮੈਂ ਮੰਨ ਗਿਆ ਅੱਲਾ ਨਹੀਂ ਕਿਸੇ ਵੇਖਿਆ ਰੱਬ ਰਹੀਮ ਕਰੀਮ ਇਹ ਹਰ ਕਿਸੇ ਵੇਖਿਆ ਹੋਣਾ ਪਰ ਅੱਲਾ ਨਹੀਂ ਕਿਸੇ ਵੇਖਿਆ ਰੱਬ ਤਾਂ ਸੁਭਾਅ ਮਾਂ ਦਾ ਚਿਹਰਾ ਵੇਖੀ ਤਾਂ ਵੀ ਨਿਗੇ ਆ ਜਾਂਦਾ ਰੱਬ ਉਹਦੀ ਸਿਫਤ ਹੈ ਅੱਲਾ ਉਹਦੀ ਜ਼ਾਤ ਹੈ ਜ਼ਾਤ ਨਹੀਂ ਕਿਸੇ ਵੇਖੀ ਅਤੇ ਉਹਨਾਂ ਕਿਹਾ ਜੀ ਬਖਤਿਆਰ ਕਾਕੀ ਕੋਲ ਪੁੱਛ ਲਓ ਅਸੀਂ ਆਲਮੇ ਤਖੈਲ 'ਚ ਦਿੱਲੀ ਚਲੇ ਗਏ ਦਿੱਲੀ ਬਾਬੇ ਕੋਲ ਪੁੱਛੋ ਉਹਨਾਂ ਕਿਹਾ ਜੀ ਮੈਨੂੰ ਤਾਂ ਮੇਰੇ ਪੀਰ ਖਾਜਾ ਅਜਮੇਰ ਸ਼ਰੀਫ ਜਨਾਬ ਮੋਇਨੁਦੀਨ ਚਿਸ਼ਤੀ ਨੇ ਦੱਸਿਆ ਸੀ ਅੱਲਾ ਹੈ ਅਤੇ ਮੈਂ ਮੰਨ ਗਿਆ ਠੀਕ ਹੈ ਜੀ ਇਹਦਾ ਮਤਲਬ ਤੁਹਾਨੂੰ ਵੀ ਤੁਸਾਂ ਵੀ ਅੱਲਾ ਨਹੀਂ ਵੇਖਿਆ ਜੀ ਨਹੀਂ ਚਲੋ ਸੁਣਿਆ ਕਿਸੇ ਕਿਹਾ ਵੀ ਮੂਸਾ ਅਲੈ ਸਲਾਮ ਨੂੰ ਐਵੇਂ ਝਲਕ ਪਈ ਸੀ ਅਤੇ ਉਹਨੂੰ ਕੋਈ ਪੁੱਛ ਲਓ ਵੀ ਸ਼ਾਇਦ ਅੱਲਾ ਉਹਨਾਂ ਦਾ ਪਤਾ ਲੱਗ ਜਾਏ ਉੱਥੋਂ ਅੱਲਾ ਮਿਲ ਜਾਏ ਅਸੀਂ ਪੰਜਾਬੀ ਸਾਰੇ ਦੋਸਤ ਮਿਲ ਕੇ ਆਲਮੇ ਤਖੈਲ ਕਲੀਮੁੱਲਾ ਦੀ ਬਾਰਗਾਹ 'ਚ ਗਏ ਹਜ਼ੂਰ ਸੁਣਿਆ ਤੁਹਾਨੂੰ ਅੱਲਾ ਦੀ ਥੋੜ੍ਹੀ ਜਿਹੀ ਝਲਕ ਉਹ ਉਹਨਾਂ ਫਰਮਾਇਆ ਯਾਰ ਮੈਂ ਅਸਰਾਰ ਬਹੁਤ ਕੀਤਾ ਸੀ ਪਰ ਗੱਲ ਪਤਾ ਕੀ ਬਣਿਆ ਬਸ ਮੈਂ ਰੱਬ ਯਾਰੇ ਨਹੀਂ ਕਹਿੰਦਾ ਰਿਹਾ ਉਹ ਲੰਦਰਾਂ ਨਹੀਂ ਕਹਿੰਦਾ ਰਿਹਾ ਫਿਰ ਸੂਈ ਦੇ ਸੁਰਾਖ ਦੇ ਕਰੋੜਵੇਂ ਹਿੱਸੇ ਦੀ ਤਜੱਲੀ ਅਤੇ ਮੈਂ ਉਹ ਵੀ ਮਦਹੋਸ਼ ਹੋ ਗਿਆ ਵੇਖ ਨਹੀਂ ਸਕਿਆ ਸਦਕੇ ਜਾਵਾਂ ਤੁਹਾਡੀ ਸੁਣ ਲਓ ਇੱਕ ਵਾਰੀ ਜ਼ਰਾ ਇਹੀ ਤੁਹਾਨੂੰ ਵੰਡ ਕਰਕੇ ਕਿਸੇ ਨਾਥ ਖਾਂ ਸੁਣਾਉਣਾ ਨਹੀਂ ਗੋ ਕਿ ਇਹ ਖਤੀਬ ਦਾ ਹਿੱਸਾ ਸੀ ਪਰ ਮੈਂ ਜ਼ਰਾ ਚਾਹੁੰਦਾ ਕਿ ਚਲੋ ਪੈਗਾਮ ਮੈਸੇਜ ਪਹੁੰਚ ਜਾਏ ਮੈਂ ਫਿਰ ਅਰਜ਼ ਕਰਦਾ ਪਿਆ ਫਿਰ ਕਿਸੇ ਕਿਹਾ ਨਹੀਂ ਯਾਰ ਜੇ ਇੱਥੋਂ ਨਹੀਂ ਗੱਲ ਬਣੀ ਨਾ ਤਾਂ ਜਬਰੀਲ ਕੋਲ ਪੁੱਛ ਲਓ ਸੁਣਿਆ ਅੱਲਾ ਦੇ ਬੜਾ ਕਰੀਬ ਹੈ ਅਸੀਂ ਸਾਰੇ ਆਲਮੇ ਤਖੈਲੇ ਰੱਬ ਦੀ ਬਾਰਗਾਹ ਪੁੱਛਣ ਵਾਸਤੇ ਜਬਰੀਲ ਕੋਲ ਗਏ ਵੀ ਅੱਲਾ ਦੇ ਬਾਰੇ ਦੱਸ ਉਹਨੇ ਕਿਹਾ ਜੀ ਮੈਨੂੰ ਤਾਂ ਆਵਾਜ਼ ਹੀ ਆਉਂਦੀ ਹੈ
ਪਰਦੇ ਦੇ ਪਿੱਛੋਂ ਆਵਾਜ਼ ਆਉਂਦੀ ਹੈ ਵੀ ਇਹ ਨਬੀ ਤੱਕ ਸੁਨੇਹਾ ਪੁਜਾ, ਮੈਂ ਚਲਾ ਜਾਣਾ। ਆਵਾਜ਼ ਜ਼ਰੂਰ ਸੁਣੀ ਹੈ ਪਰ ਮੈਂ ਅੱਲਾ ਵੇਖਿਆ ਨਹੀਂ। ਗੱਲ ਕਿਤੋਂ ਨਾ ਬਣੀ, ਉਹਨੇ ਕਿਹਾ ਚਲੋ ਇੰਝ ਕਰਨੇ ਆ ਜਨਾਬੇ ਸੈਯਦਨਾ ਅਬੂ ਬਕਰ ਸਦੀਕ ਕੋਲ ਪੁੱਛਦੇ ਹਾਂ, ਸੈਯਦਨਾ ਉਮਰ ਪਾਕ ਕੋਲ ਪੁੱਛਦੇ ਹਾਂ, ਉਸਮਾਨ ਗਨੀ ਪਾਕ ਕੋਲ ਪੁੱਛਦੇ ਹਾਂ, ਮੌਲਾ ਅਲੀ ਪਾਕ ਕੋਲ ਪੁੱਛਦੇ ਹਾਂ। ਜੀ ਕੋਈ ਅੱਲਾ ਦਾ ਕੋਈ ਪਤਾ ਤਾਂ? ਅਤੇ ਸਭ ਨੇ ਬਯਕ ਜ਼ਬਾਨ ਇਹੀ ਕਿਹਾ ਕਿ ਸਾਨੂੰ ਤਾਂ ਮੁਹੰਮਦ ਸੱਲਮ ਨੇ ਦੱਸਿਆ ਕਿ ਅੱਲਾ ਹੈ, ਤੁਸੀਂ ਮੰਨ ਗਏ। ਇੱਕ ਵਾਰ ਫਿਰ ਮੈਨੂੰ ਬੱਚਿਆਂ ਦੇ ਹਵਾਲੇ ਨਾ ਕਰੋ, ਵੱਡੇ ਕਰੋ, ਸੁਭਾਨ ਅੱਲਾ ਬੋਲੋ। ਜਿਨ੍ਹਾਂ ਨੂੰ ਮੁਹੰਮਦ ਕੋਲ ਪਤਾ ਚੱਲਿਆ ਹੱਥ ਚੁੱਕ ਕੇ ਸੁਭਾਨ ਅੱਲਾ ਬੋਲੋ। ਗੱਲ ਹੈ ਸਰਕਾਰ ਦੀ ਬਾਰਗਾਹ ਚਲੇ ਗਏ, ਦਹਿਲੀਜ਼ ਏ ਮੁਸਤਫਾ 'ਤੇ ਅਰਜ਼ ਕੀਤੀ, ਸੁਣਿਆ ਸਾਰੀ ਦੁਨੀਆ ਪੁੱਛਣਾ ਚਾਹੁੰਦੀ ਹੈ ਕਿ ਮੁਸਤਫਾ ਨੇ ਅੱਲਾ ਦੇ ਬਾਰੇ ਦੱਸਿਆ, ਕਿਆ ਤੁਸਾਂ ਅੱਲਾ ਦਾ ਸਿਰਫ ਜਬਰੀਲ ਕੋਲ ਹੀ ਸੁਣਿਆ ਜਾਂ ਤੁਸਾਂ ਆਪ ਦੇ ਅੱਖਾਂ ਨਾਲ ਹੀ ਵੇਖਿਆ? ਮੇਰੇ ਆਕਾ ਨੇ ਨਾ ਆਸਰਾ ਜਬਰੀਲ ਦਾ ਲਿਆ ਅਤੇ ਨਾ ਕਿਸੇ ਐਸੀ ਵੈਸੀ ਕੋਈ ਇਧਰੋਂ ਲਿਆ। ਮੇਰੇ ਆਕਾ ਨੇ ਫਰਮਾਇਆ ਤੇਰੇ ਨਬੀ ਨੇ ਅੱਲਾ ਨੂੰ ਇੰਨਾ ਜ਼ਹਿਰੀ ਅੱਖਾਂ ਨਾਲ ਵੇਖਿਆ। ਹਰ ਸੂਰਤ ਆਪਣੇ ਮਾਹੀ ਦੇ ਉਹ ਨਾਜ਼ ਉਠਾਣਾ ਚਾਹੁੰਦਾ ਏ, ਲੋਕੀ ਰੱਬ ਨੂੰ ਮਨਾਉਣਾ ਚਾਹੁੰਦੇ ਨੇ। ਸੁਣੋ ਇੱਕ ਕਲਾਮ ਦੀ ਫਰਮਾਇਸ਼ਾਂ ਹਨ ਮੈਂ ਪੂਰੀ ਕੀਤੀਆਂ। ਇਸ ਕਲਾਮ ਤੋਂ ਬਾਅਦ ਮੈਂ ਰਿਲੇਟਡ ਹੋ ਗਿਆ, ਮਨ ਦੇ ਨਾਲ ਇਜਾਜ਼ਤ ਚਾਹਾਂਗਾ। ਹਜ਼ੂਰ ਦੀ ਆਮਦ ਦਾ ਜਸ਼ਨ ਦੋਸਤਾਂ ਨੇ ਮਨਾਇਆ ਹੈ, ਇੱਕ ਸ਼ੇਰ ਹਜ਼ੂਰ ਦੀ ਆਮਦ ਦਾ ਹੈ ਔਰ ਇੱਕ ਉਸ ਬੀਬੀ ਦਾ ਹੈ ਜੇ ਹਜ਼ੂਰ ਆਵਣ ਤਾਂ ਫਿਰ ਉਹ ਕਿਵੇਂ ਨਾ ਆਵੇ। ਮੇਰਾ ਮੱਕੀ ਮੱਕੀ ਜਿਹਦਾ ਆਇਆ ਜਰਾ ਹੈ ਗਵਾਈ ਦੇਵੇ ਹੱਥ ਚੁੱਕੇ। ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ, ਖੁਸ਼ੀਆਂ ਮਨਾਓ ਰਹਿਮਤ ਦਾ ਮੌਲਾ ਅਜਮੀ ਵਸਾਇਆ। ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ, ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ, ਖੁਸ਼ੀਆਂ ਮਨਾਓ ਰਹਿਮਤ ਦਾ ਮੌਲਾ ਅਜਮੀ ਵਸਾਇਆ। ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ। ਇੰਜ ਨਹੀਂ, ਮੈਂ ਆਪਣੀ ਆਵਾਜ਼ ਆਹਿਸਤਾ ਕਰਨਾ, ਇੱਕ ਵਾਰ ਤੁਹਾਡੀ ਆਵਾਜ਼ ਸੁਣਨਾ ਚਾਹੁੰਦਾ। ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ, ਖੁਸ਼ੀਆਂ ਮਨਾਓ ਰਹਿਮਤ ਦਾ ਮੌਲਾ ਅਜਮੀ ਵਸਾਇਆ। ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ, ਆਖੇ ਹਲੀਮਾ ਪੈਸੇ ਨਿਗਾਲੇ, ਉਸ ਦਿਨ ਤੂੰ ਸਖੀਓ ਦੀਵੇ ਨਹੀਂ ਬਾਲੇ। ਬੜਾ ਵੱਡਾ ਸ਼ੇਰ, ਹਜ਼ਮ ਨਾ ਕਰੀ। ਆਖੇ ਹਲੀਮਾ ਪੈਸੇ ਨਿਗਾਲੇ, ਉਸ ਦਿਨ ਤੂੰ ਸਖੀਓ ਦੀਵੇ ਨਿਭਾਲੇ। ਕਿਸ ਦਿਨ ਤੂੰ? ਜਿਸ ਦਿਨ ਤੂੰ ਵਿਹੜੇ, ਜਿਸ ਦਿਨ ਤੂੰ ਵਿਹੜੇ ਇਹਨੇ ਪੈਰ ਪਾਇਆ। ਹਾਏ ਹਾਏ ਹਾਏ, ਖੁਸ਼ੀਆਂ ਸੋਹਣੇ ਅਜਮੀ ਵਸਾਇਆ। ਮੇਰਾ ਮੱਕੀ ਆਇਆ ਮੇਰਾ ਮਦਨੀ ਆਇਆ। ਲੈ ਬਾਈ ਐਲ ਸਟੇਜ, ਮੈਂ ਇੱਕ ਦਾ ਵਾਅਦਾ ਕੀਤਾ ਸੀ, ਮੈਂ ਮਿਲਾਦ ਦਾ ਇੱਕ ਸ਼ੇਰ ਪੜਿਆ,
ਇਹ ਕਿਵੇਂ ਹੋ ਸਕਦਾ ਮੁਸਤਫਾ ਤਸ਼ਰੀਫ ਲੈ ਆਵਣ ਦੁਨੀਆਂ ਤੇ ਅੰਮਾ ਹਲੀਮਾ ਨਾ ਆਵੇ। ਤੂੰ ਤੇ 1400 ਸਾਲ ਬਾਅਦ ਆਵਣ ਵਾਲ ਉਮਤੀ, ਤੂੰ ਉਮਤੀ 1400 ਸਾਲ ਬਾਅਦ। ਅੱਜ ਵੀ ਅਜ਼ਾਨ ਆਵੇ ਤੇ ਹਜ਼ੂਰ ਦਾ ਨਾਂ ਚੁੰਮਣਾ ਤੇ ਬੜਾ ਖੁਸ਼ ਹੁੰਦਾ ਕਿ ਮੈਨੂੰ ਹਜ਼ੂਰ ਦਾ ਨਾਂ ਚੁੰਮਣ ਨੂੰ ਮਿਲ ਗਿਆ। ਇਸ ਅੰਮਾ ਨੇ ਤੇ 4 ਸਾਲ ਮੁਹੰਮਦ ਨੂੰ ਚੁੰਮਿਆ। ਏਡੀ ਅਜ਼ੀਮ ਤੇ ਅਜ਼ਮਤ ਵਾਲੀ ਬੀਬੀ। ਸਾਰੇ ਨਹੀਂ, ਸਾਰੇ 5 ਬੰਦੇ ਦੇ ਦਿਓ ਸਨਾਤ ਵਾਸਤੇ ਜਿਹੜੇ ਮੈਂ ਪੜ੍ਹਨ ਲੱਗਾ। ਅਗਲੇ ਸਾਲ ਤੱਕ ਸ਼ੇਰ ਯਾਦ ਰਹੇਗਾ। ਬੀਬੀਆਂ ਕਹਿਣ ਲੱਗੀਆਂ ਜਗਮਗ ਆਗਨ ਰਹਿੰਦਾ ਈ ਬਿਨ ਦੀਵੇ ਚਾਨਣ ਰਹਿੰਦਾ ਈ ਕਿੱਥੋਂ ਏ ਰੰਗ ਚੜਾਇਆ ਦੱਸਦੇ ਹਲੀਮਾ ਸਾਨੂੰ ਸਾਰੀਆਂ ਕਿੱਥੋਂ ਏ ਰੰਗ ਚੜਾਈ ਦੱਸਦੇ ਹਲੀਮਾ ਸਾਨੂੰ ਸਾਰੀਆਂ ਬੋਲੋ ਦੱਸਦੇ ਹਲੀਮਾ ਸਾਨੂੰ ਸਾਰੀਆਂ ਕਮਜ਼ੋਰ ਨਹੀਂ ਹੁਣ ਤੇਰੀ ਅਗਲੀਓ ਟੋਰ ਨਹੀਂ ਕੌਣ ਅਸਵਾਰ ਬਿਠਾਈ ਦੱਸਦੇ ਹਲੀਮਾ ਸਾਨੂੰ ਸਾਰੀਆਂ ਦੱਸਦੇ ਹਲੀਮਾ ਸਾਨੂੰ ਸਾਰੀਆਂ ਦੱਸਦੇ ਹਲੀਮਾ ਸਾਨੂੰ ਸਾਰ